ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਸ਼ੇਅਰ ਕਰਾਂਗੇ। ਸੋ ਇਹ ਡਿਜ਼ਾਈਨ ਹੈ ਜੀ, ਜਿਵੇਂ ਜੋਰਜਟ 'ਤੇ ਬਣਿਆ ਹੋਇਆ, ਤੁਸੀਂ ਕਿਸੇ ਵੀ ਕਲਰ 'ਤੇ ਕਿਸੇ ਵੀ ਫੈਬਰਿਕ 'ਤੇ ਬਣਾ ਸਕਦੇ ਹੋ, ਸੇਮ ਵੀ ਬਣਾ ਸਕਦੇ ਹੋ। ਸੋ ਅਗਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਨੂੰ ਵਟਸਐਪ ਨੰਬਰ 7589231377 'ਤੇ ਭੇਜ ਸਕਦੇ ਹੋ, ਔਰ ਉਹ ਸਾਰੀਆਂ ਡਿਟੇਲਸ ਜਾਣ ਸਕਦੇ ਹੋ, ਬੈਂਕ ਡਿਟੇਲਸ ਜਾਣ ਸਕਦੇ ਹੋ। ਦੈਨ ਜਿਹੜਾ ਤੁਹਾਡਾ ਔਡਰ ਆਪਣਾ ਫਾਈਨਲ ਹੋ ਜਾਏਗਾ, ਔਰ ਇੱਕ ਸੂਟ ਦਾ ਔਡਰ ਹੈ ਜਿਹੜਾ ਜੀ ਵਿਦਇਨ 15 ਡੇਜ਼ ਚੱਲ ਰਿਹਾ, ਔਰ ਅਗਰ ਜ਼ਿਆਦਾ ਸੂਟ ਹੈ ਤਾਂ ਫਿਰ ਉਸ ਦੇ ਅਕੋਰਡਿੰਗ ਤੁਹਾਨੂੰ ਟਾਈਮ ਮਿਲ ਜਾਏਗਾ। ਸੋ ਇਹ ਜਿਹੜਾ ਹੈਗਾ ਜੀ, ਇਹ ਬਿਲਕੁਲ ਕਰੀਮ ਸ਼ੇਡ ਹੈ, ਆਫ ਵਾਈਟ ਕਹਿ ਸਕਦੇ ਹੋ ਤੁਸੀਂ, ਔਰ ਬਹੁਤ ਹੀ ਰੋਇਲ ਲੁੱਕ ਇਹਦੀ ਸੂਟ ਦੀ ਬਣੀ ਹੈਗੀ ਹੈ, ਕਲਰ 'ਤੇ ਬਹੁਤ ਹੀ ਰੋਇਲ ਪੀਸ ਲੱਗਦਾ। ਸੋ ਤੁਸੀਂ ਇਹਨੂੰ ਸੇਮ 'ਤੇ ਵੀ ਬਣਾ ਸਕਦੇ ਹੋ, ਔਰ ਅਗਰ ਤੁਸੀਂ ਇਹਨੂੰ ਡਿਫਰੈਂਟ ਕਲਰ ਚਾਰਟ 'ਤੇ ਬਣਾਉਣਾ ਤਾਂ ਤੁਸੀਂ ਡਿਫਰੈਂਟ ਵੀ ਬਣਾ ਸਕਦੇ ਹੋ। ਸੋ ਇਹ ਨੀਚੇ ਅਸੀਂ ਬੋਰਡਰ 'ਤੇ ਤਿੱਲੇ ਦਾ ਵਰਕ ਕੀਤਾ, ਉੱਪਰ ਅਸੀਂ ਜਿਹੜੇ ਇਹ ਰੋਜ਼ ਬਣਾਏ ਹੋਏ ਆ ਜੀ, ਇੱਕ ਸਾਈਡ ਜਾਂਦੇ ਆ ਫਿਰ ਉਹ ਦੂਸਰੀ ਸਾਈਡ ਹੈ। ਸੋ ਇਹ ਜਿਹੜਾ ਕਾਫੀ ਉੱਪਰ ਤੱਕ ਆ ਜਿਹੜਾ ਇਹ ਡਿਜ਼ਾਈਨ ਆ ਜਾਂਦਾ, ਇਹ ਬਿਲਕੁਲ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਹੈ, ਤੁਸੀਂ ਇਹਨੂੰ ਪਾਰਟੀ ਵੀ ਲਈ ਵੀ ਬਣਾ ਸਕਦੇ ਹੋ। ਸੋ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹ। ਬਾਜੂ 'ਤੇ ਅਸੀਂ ਇਕੱਲਾ ਗੋਲਡਨ ਵਰਕ ਦਿੱਤਾ ਹੋਇਆ, ਔਰ ਇਹ ਦੇਖੋ ਉੱਪਰ ਇਹ ਬਿਲਕੁਲ ਪਲੇਨ ਹੈ ਜੀ, ਉੱਪਰ ਤੁਸੀਂ ਇਹਦੇ ਪੋਟਲੀ ਬਟਨ ਵਗੈਰਾ ਲਾ ਕੇ ਜਾਂ ਪਾਈਪਿੰਗ ਦੇ ਕੇ ਤੁਸੀਂ ਇਹਨੂੰ ਫਿਨਿਸ਼ ਕਰ ਸਕਦੇ ਹੋ, ਕਿਉਂਕਿ ਇਹਦੀ ਬੈਕ ਸਾਈਡ 'ਤੇ ਵੀ ਵਰਕ ਹੈ। ਔਰ ਇਹ ਦੇਖੋ ਜੀ ਘੇਰੇ 'ਤੇ ਬਹੁਤ ਹੀ ਪਿਆਰਾ ਜਿਹਾ ਵਰਕ ਹੈ, ਔਰ ਜੇ ਕਰੀਮ ਸ਼ੇਡ ਹੋਣ ਕਰਕੇ ਇਹਦੇ ਜਿਹੜੇ ਰੈੱਡ ਮੈਰੂਨ ਜਿਹੜੇ ਫਲਾਰ ਹੈਗੇ ਆ ਬਹੁਤ ਹੀ ਉੱਭਰ ਕੇ ਆ ਰਹੇ ਆ। ਸੋ ਇਹਦਾ ਬੈਕ ਦੇਖੋ ਜੀ, ਇਹ ਜਿਵੇਂ ਕਸਟਮਰ ਦੀ ਚੋਇਸ 'ਤੇ ਹੀ ਅਸੀਂ ਇਹ ਸੂਟ ਬਣਾਇਆ, ਬੈਕ 'ਤੇ ਇਹ ਬੋਰਡਰ ਹੋਏਗਾ ਨੀਚੇ, ਔਰ ਉੱਪਰ ਹੈ ਜਿਹੜਾ ਉੱਪਰ ਤੱਕ ਇਹ ਕਲੀ ਜਾਂਦੀ ਹੈ ਜੀ ਸਾਰੀ ਰੋਜ਼ ਦੀ, ਕਿਉਂਕਿ ਇਹਦੀ ਬੈਕ ਵੀ ਪੂਰੀ ਹੈਵੀ ਹੋ ਜਾਂਦੀ ਹੈ। ਸੋ ਇਹਦਾ ਡਿਫਰੈਂਟ ਜਿਹਾ ਸਟਾਈਲ ਹੈ, ਫਰੰਟ ਹੈ ਜਿਹੜਾ ਘੇਰਾ, ਔਰ ਬੈਕ ਦੇ ਵਿੱਚ ਬੂਟੀ ਹੈਗੀ ਹੈ। ਸੋ ਇਹ ਜੇ ਤੁਸੀਂ ਅਗਰ ਇਹਦੇ ਨੀਚੇ ਟਾਫਟਾ ਲਗਾਓਗੇ ਤਾਂ ਬਿਲਕੁਲ ਸੀ ਥਰੂ ਨਹੀਂ ਹੋਊਗਾ। ਸੋ ਬਹੁਤ ਹੀ ਇਹਦੀ ਪਿਆਰੀ ਲੁੱਕ ਹੈ, ਤੁਸੀਂ ਇਹਨੂੰ ਦੁਪੱਟੇ 'ਤੇ ਵੀ ਵਰਕ ਕਰਾ ਸਕਦੇ ਹੋ, ਦੁਪੱਟੇ 'ਤੇ ਕੱਟ ਵਰਕ ਦੇ ਵਿੱਚ ਫਲਾਰ ਪਵਾ ਸਕਦੇ ਹੋ। ਸੋ ਇਹ ਅਸੀਂ ਇਕੱਲਾ ਸੂਟ ਬਣਾਇਆ, ਜਿਵੇਂ ਵੀ ਕਸਟਮਰ ਦੀ ਚੋਇਸ ਹੈ। ਸੋ ਇਹ ਬਹੁਤ ਹੀ ਪਿਆਰਾ ਜਿਹੜਾ ਕਲਰ ਕੰਬੀਨੇਸ਼ਨ ਅਤੇ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ। ਸੋ ਤੁਸੀਂ ਫੀਡਬੈਕ ਜ਼ਰੂਰ ਦਿਆ ਕਰੋ ਜੀ, ਤੁਹਾਨੂੰ ਕਿਵੇਂ ਦੇ ਲੱਗਿਆ ਡਿਜ਼ਾਈਨ ਜੋ ਵੀ ਹੈ। ਔਰ ਹੁਣ ਆਪਾਂ ਜਿਹੜਾ ਜਿਵੇਂ ਕਿ ਪੇਂਟ ਦੇ ਡਿਜ਼ਾਈਨ ਸ਼ੇਅਰ ਕਰਦੇ ਹਾਂ, ਸੋ ਇਹ ਵੀ ਥੋੜ੍ਹਾ ਜਿਹਾ ਡਿਫਰੈਂਟ ਸ਼ੇਡ 'ਤੇ ਅਸੀਂ ਪੇਂਟ ਵਰਕ ਕੀਤਾ, ਇਹ ਘੇਰੇ ਦਾ ਡਿਜ਼ਾਈਨ ਹੈ ਜੀ। ਕੋਈ ਵੀ ਪੇਂਟ ਦਾ ਸੂਟ ਦਾ ਡਿਜ਼ਾਈਨ ਤੁਸੀਂ ਦੇਖਦੇ ਹੋ, ਕਿਉਂਕਿ ਦੁਪੱਟੇ ਵੀ ਮੈਂ ਸ਼ੇਅਰ ਕੀਤੇ ਆ, ਤਾਂ ਸਾਰਿਆਂ ਦਾ ਕੁਐਸਚਨ ਹੁੰਦਾ ਕਿ ਤੁਸੀਂ ਸ਼ਰਟ 'ਤੇ ਸੂਟ 'ਤੇ ਕਿਵੇਂ ਦਾ ਪੇਂਟ ਹੈ। ਸੋ ਮੈਂ ਉਸੇ ਲਈ ਇਹ ਸੂਟ ਆ ਜਿਹੜਾ ਦਿਖਾ ਰਹੀ ਹਾਂ, ਸ਼ਰਟ 'ਤੇ ਅਸੀਂ ਇਸ ਤਰ੍ਹਾਂ ਦਾ ਫਲਾਰ ਪਾਉਂਦੇ ਹਾਂ ਜੀ, ਔਰ ਬਾਜੂ 'ਤੇ ਇੱਕ ਸਿੰਗਲ ਫਲਾਰ ਹੁੰਦਾ, ਔਰ ਇਹ ਸਿੰਪਲ ਕੱਟਵਰਕ ਨਾਲ, ਇਹ ਦੁਪੱਟੇ 'ਤੇ ਓਨਲੀ ਕੱਟਵਰਕ ਹੈ, ਔਰ ਸਿੰਪਲ ਕੱਟਵਰਕ ਨਾਲ ਇਹਦੇ ਸੂਟ ਬਣਿਆ ਹੋਇਆ। ਔਰ ਕਈ ਵਾਰ ਇਹ ਹੈਵੀ ਕੱਟਵਰਕ ਵੀ ਮੈਂ ਤੁਹਾਨੂੰ ਸ਼ੋਅ ਕੀਤੇ ਆ, ਸੋ ਉਹਨਾਂ ਦੀ ਜਿਵੇਂ ਵੀ ਵਰਕ ਹੋ ਜਾਂਦਾ ਉਵੇਂ ਪ੍ਰਾਈਜ਼ ਹੈ ਜਿਹੜੀ ਡਿਫਰੈਂਟ ਹੋ ਜਾਂਦੀ ਹੈ। ਇਹ ਦੇਖੋ ਇਹ ਸਿੰਪਲ ਅਸੀਂ ਬਾਲੇ ਦਾ ਕੱਟਵਰਕ ਦਿੱਤਾ ਹੋਇਆ ਇਹਨੂੰ, ਔਰ ਇਹ ਮੈਂ ਤੁਹਾਨੂੰ ਦਿਖਾਉਂਦੀ ਹਾਂ, ਦੇਖੋ ਬਹੁਤ ਹੀ ਪਿਆਰਾ ਪੇਂਟ ਹੈ, ਫਲਾਰ ਬਣੇ ਹੋਏ ਆ, ਔਰ ਫੋਰ ਸਾਈਡਡ ਹੈ ਜਿਹੜਾ, ਸਾਰੇ 'ਤੇ ਪੇਂਟ ਹੈ ਇਹਦੇ 'ਤੇ। ਇਹ ਦੇਖੋ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ। ਸੋ ਇਹ ਜਿਹੜੇ ਦੋਨੇ ਪੀਸ ਹੈ ਆਪਣੇ ਆਪ 'ਚ ਬਹੁਤ ਹੀ ਰੋਇਲ ਲੁੱਕ ਹੈ ਇਹਨਾਂ ਸੂਟਸ ਦੀ। ਸੋ ਤੁਸੀਂ ਇਹਨੂੰ ਸੇਮ ਵੀ ਔਡਰ ਕਰ ਸਕਦੇ ਹੋ, ਔਰ ਕਿਸੇ ਹੋਰ ਫੈਬਰਿਕ 'ਤੇ ਹੋਰ ਕਲਰ 'ਤੇ ਵੀ ਤੁਸੀਂ ਇਹਨੂੰ ਦੇ ਸਕਦੇ ਹੋ। ਸੋ ਇਹ ਦੇਖੋ ਸਾਰੇ ਫੋਰ ਸਾਈਡਡ ਆ ਜੀ, ਇਹਦਾ ਪੂਰਾ ਹੈਵੀ ਪੇਂਟ ਆ ਜਾਂਦਾ, ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਇਹ ਪੂਰਾ ਹੀ ਹੈਵੀ ਲੱਗੇਗਾ, ਕਿਉਂਕਿ ਸ਼ਰਟ ਦੇ ਫਰੰਟ 'ਤੇ ਆ ਗਿਆ ਔਰ ਦੁਪੱਟਾ ਸਾਰਾ। ਮੈਂ ਤੁਹਾਨੂੰ ਖੋਲ੍ਹ ਕੇ ਇਸ ਲਈ ਨਹੀਂ ਦਿਖਾ ਰਹੀ ਕਿਉਂਕਿ ਟ੍ਰਾਂਸਪੇਰੈਂਟ ਹੁੰਦਾ ਅਤੇ ਪੇਂਟ ਆ ਜਿਹੜਾ ਕਲੀਅਰ ਨਹੀਂ ਦਿਖਦਾ। ਸੋ ਇਹ ਦੇਖੋ ਬਹੁਤ ਹੀ ਪਿਆਰਾ ਪੇਂਟ ਆ ਜਿਹੜਾ ਅਸੀਂ ਕਰਦੇ ਹਾਂ ਜੀ। ਸੋ ਇਹਦੇ ਵਿੱਚ ਕੋਈ ਵੀ, ਮੈਂ ਜਿੰਨੇ ਵੀ ਪੀਸ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਸੋ ਆਰਡਰ ਦੇ ਪੀਸ ਹੁੰਦੇ ਆ ਇਹ।
ਬਹੁਤ ਸਾਰੇ ਕਸਟਮਰ ਆ ਜਿਹੜੇ ਜੀ ਪਿਕਚਰ ਦੀ ਕਹਿਣਗੇ ਪਿਕਸ ਭੇਜੋ ਕਲੀਅਰ ਨਹੀਂ ਹੈ, ਸੋ ਇਸ ਤੋਂ ਕਲੀਅਰ ਨਹੀਂ ਹੋ ਸਕਦਾ ਜੀ। ਸੋ ਅਸੀਂ ਇਸੇ ਲਈ ਮੈਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਸੂਟ ਦਿਖਾਉਣੀ ਆ ਤਾਂ ਜੋ ਤੁਸੀਂ ਸਮਝ ਸਕੋ ਕਿ ਕਿਵੇਂ ਦਾ ਵਰਕ ਹੈ। ਸਾਰਿਆਂ ਦੇ ਜਿਹੜੇ ਆਰਡਰ ਦੇ ਪੀਸ ਹੈ ਉਹੀ ਮੈਂ ਤੁਹਾਨੂੰ ਨਾਲ ਸ਼ੋ ਕਰਦੀ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਅਸੀਂ ਬਣਾਉਣੇ ਹੋ ਰਹਾਂ ਜਾਂ ਦਿਖਾਉਣੇ ਹੋ ਰਹਾਂ। ਸੋ ਤੁਸੀਂ ਕੋਈ ਵੀ ਜੀ ਸੂਟ ਆ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ 7589231377 'ਤੇ, ਔਰ ਸਾਰੀਆਂ ਪ੍ਰਾਈਸ ਜਾਣ ਸਕਦੇ ਹੋ। ਔਰ ਮੈਂ ਵਟਸਐਪ ਮੈਸੇਜ ਕਰਿਆ ਕਰੋ ਜੀ ਤੁਸੀਂ, ਔਰ ਤੁਹਾਡਾ ਸ਼ਾਮ ਤੱਕ ਜਿਹੜਾ ਰਿਪਲਾਈ ਜ਼ਰੂਰ ਹੋਊਗਾ ਕਿਉਂਕਿ ਕਾਲ ਦੇ ਲਈ ਮੇਰੇ ਕੋਲ ਟਾਈਮ ਨਹੀਂ ਹੁੰਦਾ, ਕਾਲਸ ਅਟੈਂਡ ਨਹੀਂ ਹੁੰਦੀਆਂ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਵੱਖਰੇ ਵੱਖਰੇ ਡਿਜ਼ਾਈਨ ਸ਼ੇਅਰ ਕਰਦੇ ਹਾਂ, ਫੀਡਬੈਕ ਜ਼ਰੂਰ ਦਿਆ ਕਰੋ ਕਿਵੇਂ ਦੇ ਲੱਗ ਰਹੇ ਤੁਹਾਨੂੰ ਡਿਜ਼ਾਈਨਸ, ਔਰ ਨੈਕਸਟ ਤੁਸੀਂ ਕੀ ਦੇਖਣਾ ਚਾਹੁੰਦੇ ਹੋ। ਜਿਵੇਂ ਕਿ ਵੈਡਿੰਗ ਸੀਜ਼ਨ ਆ ਰਿਹਾ, ਆਪਾਂ ਹੈਵੀ ਜਿਹੜੇ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਬਣੇ ਰਹੋ ਜੀ ਮੇਰੇ ਚੈਨਲ ਬੀ ਸਟਾਈਲਿਸ਼ 'ਤੇ, ਔਰ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ, ਥੈਂਕ ਯੂ ਸੋ ਮਚ।